ਹੁਣ ਧੰਨ ਉਹ ਲੋਕ ਨੇ, ਕੀ ਲਿਖਿਆ ਬਾਈਬਲ ਚ, ਧੰਨ ਉਹ ਲੋਕ ਨੇ ਜਿਹੜੇ ਆਪਣੇ ਆਪਣੇ ਵਸਤਰ ਜਿਹੜੇ ਨੇ ਉਹਨਾਂ ਨੂੰ ਧੋ ਲੈਂਦੇ ਨੇ। ਵਸਤਰ ਕਿਹੜੇ ਵਸਤਰ ਨੇ, ਬੋਲੋ ਹਾਲੇਲੂਯਾ, ਕਿਹੜੇ ਵਸਤਰ ਨੇ ਜਿਹੜੇ ਧੋ ਲੈਂਦੇ ਨੇ। ਇੱਕ ਤੇ ਮੈਂ ਜਿਵੇਂ ਕੋਟ ਪੈਂਟ ਸ਼ਰਟ ਪਾਈ, ਇਹ ਨਹੀਂ, ਅੰਦਰ ਦੀ ਜਿਹੜੀ ਇਨਸਾਨੀਅਤ, ਅੰਦਰ ਜਿਹੜਾ ਮਨ ਆ ਸਾਡਾ, ਅੰਦਰ ਸੋਚ ਆ, ਖਿਆਲ ਆ, ਜੋ ਅਸੀਂ ਪਾਪ ਕਰਦੇ ਹਾਂ ਉਹਨਾਂ ਨੂੰ ਛੱਡ ਦੇਣਾ, ਜੋ ਬੁਰਾਈ ਅਸੀਂ ਕਰਦੇ ਹਾਂ ਉਹਨਾਂ ਨੂੰ ਛੱਡ ਦੇਣਾ, ਬੁਰੇ ਕੰਮਾਂ ਨੂੰ ਛੱਡ ਕੇ ਪਵਿੱਤਰਤਾਈ ਨੂੰ ਪਹਿਨ ਲੈਣਾ, ਪਰਮੇਸ਼ੁਰ ਦੇ ਵਚਨਾਂ ਨੂੰ ਆਪਣੀ ਜ਼ਿੰਦਗੀ ਚ ਲੈ ਲੈਣਾ, ਪਰਮੇਸ਼ੁਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਚ ਲੈ ਲੈਣਾ ਤੇ ਤੋਬਾ ਕਰ ਲੈਣੀ, ਆਪਣੇ ਭੈੜਿਆਂ ਰਾਵਾਂ ਨੂੰ ਛੱਡ ਦੇਣਾ। ਮੇਰੇ ਪਿਆਰੇ ਪਿਆਰੇ ਭੈਣ ਭਰਾਓ, ਅੱਜ ਬਹੁਤ ਸਾਰੇ ਭੈਣ ਭਰਾ ਨੇ ਐਤਵਾਰ ਆਣ ਕੇ ਰੋਜ਼, ਹਰ ਐਤਵਾਰ ਦੇ ਐਤਵਾਰ ਤੋਬਾ ਕਰਦੇ ਨੇ, ਐਤਵਾਰ ਦੇ ਐਤਵਾਰ ਤੋਬਾ ਕਰਦੇ ਨੇ, ਹਰ ਐਤਵਾਰ ਤੋਬਾ ਕਰਦੇ ਨੇ। ਹੇ ਪ੍ਰਭੂ, ਮੇਰੇ ਕੋ ਕੱਲ ਰਾਤੀ ਗੁਨਾਹ ਹੋ ਗਿਆ, ਰਾਤੀ ਮੈਂ ਬੜੇ ਪਾਪ ਕੀਤੇ, ਬੜਾ ਬੁਰੀ ਨਜ਼ਰ, ਬਹੁਤ ਕੁਝ ਕੀਤਾ, ਪ੍ਰਭੂ ਮੈਨੂੰ ਮਾਫ ਕਰ ਦੇ, ਪ੍ਰਭੂ ਮਾਫ ਕਰ ਦੇ, ਤੇ ਮੈਂ ਅੱਗੇ ਤੋਂ ਇਸ ਤਰ੍ਹਾਂ ਕਰਾਂਗਾ ਨਹੀਂ। ਪਰ ਅਗਲੇ ਦਿਨ ਫਿਰ ਉਦਾਂ ਹੀ ਕਰਦੇ ਨੇ, ਅਗਲੇ ਦਿਨ ਫਿਰ ਜਾਂਦੇ ਨੇ, ਫਿਰ ਸੋਮਵਾਰ ਵੀ ਉਦਾਂ ਹੀ ਫੋਨ ਤੇ, ਮੰਗਲਵਾਰ ਵੀ ਉਦਾਂ ਹੀ ਲੱਗੇ ਰਹਿੰਦੇ ਨੇ, ਬੁੱਧਵਾਰ ਵੀ ਉਵੇਂ ਹੀ, ਫਿਰ ਐਤਵਾਰ ਆ ਗਿਆ, ਐਤਵਾਰ ਫਿਰ ਪ੍ਰਭੂ ਮੈਨੂੰ ਮਾਫ ਕਰ ਦੇ, ਗਾਂਹ ਤੋਰੀ ਮੈਂ ਏਦਾਂ ਕੰਮ ਕਰਦਾ, ਪ੍ਰਭੂ ਮੈਂ ਪਾਪ ਕੀਤਾ ਸੀ ਮੈਨੂੰ ਮਾਫ ਕਰ ਦੇ, ਮੈਂ ਪਾਪ ਨੂੰ ਜਾਣਦਾ। ਬੋਲੋ ਹਾਲੇਲੂਯਾ। ਬਾਰ ਬਾਰ ਪਾਪ ਦੇ ਵਿੱਚ ਫਸ ਜਾਂਦੇ ਨੇ, ਬਾਰ ਪਾਪ। ਇੱਕ ਵਾਰੀ ਕੰਨਾਂ ਨੂੰ ਹੱਥ ਲਾ ਲਾ ਤੇ ਤੋਬਾ ਨਹੀਂ ਚੰਗੀ ਬਾਰ ਬਾਰ ਦੀ, ਇਹ ਜਿਹੜੀ ਤੋਬਾ ਆ ਨਾ ਬਾਰ ਬਾਰ ਦੀ, ਇਹ ਚੰਗੀ ਨਹੀਂ ਗੀ। ਚਾਹੇ ਭੈਣ ਆ ਤੇ ਚਾਹੇ ਕੋਈ ਭਰਾ ਵਾ ਤੇ ਚਾਹੇ ਕੋਈ ਸਾਡਾ ਬਜ਼ੁਰਗ ਆ। ਅਗਲੇ ਵਚਨ ਵਿੱਚ ਚੱਲਾਂਗੇ, ਹੁਣ ਉਹ ਸ਼ਾਰਟਕਟ ਰਸਤਾ ਨਾ ਲੱਭਣ ਕਿ ਪਾਦਰੀ ਨੂੰ ਲਾਲਚ ਦੇ ਦਿਓ ਪਿੰਟ ਕੋਟ ਦਾ, ਕਿਸੇ ਪਾਦਰੀ ਨੂੰ ਕਹਿ ਦਿਓ ਕਿ ਤੇ ਪਾਸਟਰ ਜੀ ਮੇਰੇ ਲਈ ਆਹ ਕੰਮ ਕਰ ਦਿਓ, 10 ਦਿਨ ਦੇ ਰੋਜ਼ੇ ਰੱਖ ਲਓ ਤੇ ਕੋਈ ਗੱਲ ਨੀ, ਤੁਹਾਨੂੰ ਖੁਸ਼ ਕੀਤਾ ਜਾਵੇਗਾ, ਭਵਨ ਚ ਮੈਂ ਇੱਦਾਂ ਕਰਾਂਗੀ। ਬੋਲੋ ਹਾਲੇਲੂਯਾ। ਸ਼ਾਰਟ ਰਸਤਾ, ਅੱਜ ਬਹੁਤ ਸਾਰੇ ਸ਼ਾਰਟ ਰਸਤੇ ਨੂੰ ਦੇਖਦੇ ਨੇ, ਸ਼ਾਰਟ ਰਸਤਾ ਪ੍ਰਭੂ ਨੂੰ ਪਸੰਦ ਨਹੀਂ ਆ। ਉਹ ਕਿੱਥੋਂ ਦੀ ਜਾਣ, ਸ਼ਾਰਟ ਰਸਤਾ ਕਿਹੜਾ ਵਾ, ਭੀੜਾ ਰਸਤਾ, ਖੁੱਲਾ ਰਸਤਾ ਜਿਹੜਾ ਉਹ ਕੀ ਆ, ਖੁੱਲੇ ਰਸਤੇ ਚ ਜਾਣਾ। ਬੋਲੋ ਹਾਲੇਲੂਯਾ। ਤੇ ਖੁਦਾ ਦਾ ਰਸਤਾ ਕੀ ਆ, ਭੀੜਾ, ਉਥੋਂ ਦੀ ਨੰਗਣਾ ਬਹੁਤ ਔਖਾ ਹੈ,
ਉਥੋਂ ਦੀ ਜਾਣਾ ਬਹੁਤ ਔਖਾ ਆ। ਪਰ ਜਦੋਂ ਇਨਸਾਨ ਵੜਦਾ ਉਦੋਂ ਭੀੜਾ ਵਾ, ਪਰ ਅੱਗੇ ਜਾ ਕੇ ਖੁੱਲਾ ਪਿਆ। ਜਦੋਂ ਇਨਸਾਨ ਵੜਦਾ ਉਦੋਂ ਭੀੜਾ, ਉਦੋਂ ਭੀੜਾ ਲੱਗਦਾ, ਉਦੋਂ ਉਹਨੂੰ ਭੀੜਾ ਨਜ਼ਰ ਆਉਂਦਾ ਆ। ਭੀੜਾ ਹੈ ਨਹੀਂ ਆ, ਪਰ ਭੀੜਾ ਨਜ਼ਰ ਆਉਂਦਾ ਹੈ। ਇਸ ਕਰਕੇ ਉਹ ਉਸ ਰਸਤੇ ਥਾਣੀ ਵੜਿਆ ਨਹੀਂ ਗਾ ਜਾਂਦਾ, ਉਹਨੂੰ ਔਖਾ ਲੱਗਦਾ। ਕਿਉਂਕਿ ਔਖਾ ਇਸ ਕਰਕੇ ਲੱਗਦਾ ਕਿ ਪ੍ਰਭੂ ਦੇ ਭਵਨ ਦੇ ਵਿੱਚ ਜਦੋਂ ਆਉਂਦੇ ਆ ਤੇ ਉਹ ਸਿੱਖਿਆ ਮਿਲਦੀ ਆ ਭਈ ਤੂੰ ਬੁੱਤ ਪ੍ਰਸਤੀ ਨਹੀਂ ਕਰਨੀ, ਭਈ ਤੂੰ ਗਾਲਾਂ ਨਹੀਂ ਕੱਢਣੀਆਂ, ਭਈ ਤੂੰ ਚੁਗਲੀ ਨਹੀਂ ਕਰਨੀ, ਭਈ ਤੂੰ ਨਿੰਦਿਆ ਨਹੀਂ ਕਰਨੀ, ਭਈ ਤੂੰ ਪ੍ਰਸਾਦ ਨਹੀਂ ਖਾਣਾ, ਭਈ ਤੂੰ ਆਹ ਕੰਮ ਨਹੀਂ ਕਰਨਾ। ਕਿਉਂਕਿ ਇਹ ਬਾਈਬਲ ਸਾਨੂੰ ਮਨਾ ਕਰਦੀ ਆ, ਪਰਮੇਸ਼ਵਰ ਦਾ ਵਚਨ ਮਨਾ ਕਰਦਾ। ਖੁਦ ਪਰਮੇਸ਼ਵਰ ਕਹਿੰਦਾ ਕਿ ਜਿਹੜੀਆਂ ਪਰਾਈਆਂ ਕੋਮਾਂ ਚੜਾਵੇ ਚੜਾਉਂਦੀਆਂ ਨੇ, ਭੂਤਾਂ ਦੇ ਲਈ ਚੜਾਉਂਦੀਆਂ ਨੇ, ਤੇ ਤੁਸੀਂ ਭੂਤਾਂ ਦੇ ਸਾਂਝੀ ਨਾ ਬਣਿਓ। ਇਸ ਕਰਕੇ ਰਸਤਾ ਕੀ ਲੱਗਦਾ? ਭੀੜਾ ਲੱਗਦਾ। ਇਸ ਕਰਕੇ ਕੀ ਉਹ ਲੱਗਦਾ? ਰਸਤਾ ਭੀੜਾ ਲੱਗਦਾ, ਕਿਉਂਕਿ ਛੱਡਣਾ ਪੈਣਾ ਵਾ। ਮੈਂ ਇੱਕ ਭੈਣ ਨੂੰ ਕਿਹਾ, ਭੈਣ ਵਚਨ ਬੜਾ ਵਧੀਆ ਪੜ੍ਹਦੀ ਆ, ਮੈਂ ਕਿਤੇ ਬੰਦਗੀ ਤੇ ਗਿਆ, ਦੁਆ ਬੜੀ ਵਧੀਆ ਕਰਦੀ ਆ, ਹੈਂ। ਪਰ ਮੈਂ ਕਿਹਾ ਭੈਣ ਤੇਰੀ ਮੰਮੀ ਨੇ ਮੈਨੂੰ ਕੁਝ ਦੱਸਿਆ, ਤੇ ਤੂੰ ਪੁੱਤ ਉਹਨੂੰ ਛੱਡ ਦੇ। ਉਹਦੀ ਮੰਮੀ ਕਹਿੰਦੀ ਫਸਟ ਜੀ ਦੁਆ ਵੀ ਬੜੀ ਵਧੀਆ ਕਰਦੀ ਆ, ਸਵੇਰੇ ਹਨੇਰੇ ਉੱਠਦੀ ਆ, ਦੁਆ ਕਰਦੀ ਆ, ਚਰਚ ਵੀ ਟਾਈਮ ਨਾਲ ਜਾਂਦੀ ਆ, ਬੰਦਗੀ ਵੀ ਕਰਦੀ ਆ, ਪਰ ਇੱਕ ਲੜਕਾ ਆ ਵਿਹਲਾ ਆ, ਭੰਗ ਪੀਂਦਾ ਰਹਿੰਦਾ, ਉਹਦਾ ਨਹੀਂ ਖਹਿੜਾ ਸਕਦੀ। ਇਹਦੇ ਚਾਚੇ ਨੇ ਸਮਝਾ ਲਿਆ, ਭਰਾ ਨੇ ਸਮਝਾ ਲਿਆ, ਮਾਰਿਆ ਵੀ ਆ, ਸਭ ਕੁਝ ਕੀਤਾ, ਪਰ ਇਹਦਾ ਖਹਿੜਾ ਸਾਡੀ ਨਹੀਂ ਆ। ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਪੁੱਤਰ ਉਹਨੂੰ ਮੈਂ ਕੁਝ ਵਚਨ ਦੇ ਵਿੱਚੋਂ ਵੀ ਸਿਖਾਇਆ, ਕੁਝ ਮੈਂ ਗੱਲਾਂ ਉਹਨੂੰ ਦੱਸੀਆਂ ਕਿ ਪੁੱਤਰ ਫਿਰ ਤੂੰ ਪਛਤਾਏਂਗੀ, ਜੇ ਤੇਰਾ ਸਮਾਂ ਆ, ਤੇਰੀ ਤਰੱਕੀ ਰੁਕ ਜਾਣੀ ਆ। ਤੇਰਾ ਮਾਂ ਬਾਪ ਚਾਹੁੰਦਾ ਕਿ ਤੈਨੂੰ BSc ਕਰਵਾਈ ਜਾਏ, ਪਰ ਜੇ ਤੇਰਾ ਹੈ ਹੀ ਹਾਲ ਰਿਹਾ ਤੇ ਤੇਰੀ ਜਿਹੜੀ ਤਰੱਕੀ ਆ ਉਹ ਖਤਮ ਹੋ ਜਾਣੀ ਆ। ਤੇਰਾ ਮਾਂ ਪਿਓ ਚਾਹੁੰਦਾ ਕਿ BSc ਕਰ ਲਵੇ ਤੇ ਫਿਰ ਉਹ ਕੈਨੇਡਾ ਦੇ ਵਿੱਚ ਜਾਵੇ ਜਾਂ ਅਮਰੀਕਾ ਦੇ ਵਿੱਚ ਜਾਵੇ। ਉਹ ਕਹਿੰਦੀ ਮੈਂ ਆਪਣੇ ਮਾਂ ਪਿਓ ਦਾ ਸਾਰਾ ਕਹਿਣਾ ਮੰਨਾਂਗੀ, ਪਰ ਉਹਨੂੰ ਛੱਡਣਾ ਨਹੀਂ ਆ। ਬੋਲ ਦੋ ਹਾਲੇਲੂਯਾ, ਇੱਕ ਵਾਰੀ ਫੇਰ ਬੋਲ ਦੋ ਹਾਲੇਲੂਯਾ। ਅੱਜ ਬਹੁਤ ਸਾਰੀਆਂ ਭੈਣਾਂ ਬੇਟੀਆਂ ਉਹ ਦੁਆ ਵਾਲੀਆਂ ਚਰਚ ਚ ਜਾਣਗੀਆਂ, ਪਰ
ਗਰਲਫ੍ਰੈਂਡ ਉਹਨਾਂ ਨੇ ਵੀ ਰੱਖੇ ਨੇ। ਉਹ ਵੀ ਕਹਿਣਗੀਆਂ ਮੇਰਾ ਸੋਹਣਾ, ਮੇਰਾ ਸੋਹਣਾ, ਮੇਰਾ। ਪਹਿਲੇ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਸੀ ਨਾ, ਤੇ ਸਾਡੇ ਬਜ਼ੁਰਗ ਬੱਚੇ ਨੂੰ ਗੋਦੀ ਚ ਲੈ ਕੇ ਉਹਨੂੰ ਇਸ ਤਰ੍ਹਾਂ ਕਹਿ ਦਿੰਦੇ ਸੀ, ਮੇਰਾ ਮੇਰਾ ਸੋਹਣਾ ਮੋਹਣਾ ਨੀ, ਮੇਰਾ ਗੁੱਗੀ ਮੁੱਗੀ, ਹੈਨਾ। ਉਹਦੇ ਨਾਲ ਬੜਾ ਲਾਡ ਲਡਾਇਆ ਜਾਂਦਾ ਸੀ, ਕਿਉਂਕਿ ਉਹਦੇ ਨਾਲ ਕੀ ਕਰਦੇ ਸੀ, ਉਹ ਪਿਆਰ ਕਰਦੇ ਸੀ। ਤੇ ਹੁਣ ਉਹ ਭੈਣਾਂ ਆਪਣੇ ਗਰਲਫ੍ਰੈਂਡ ਨੂੰ ਬਾਬੂ ਬਾਬੂ ਕਹਿਣਗੀਆਂ, ਬਾਬੂ ਇਹ ਤੇਰਾ ਕਦੋਂ ਦਾ ਬਾਬੂ। ਮੈਂ ਇੱਕ ਘਰ ਚ ਗਿਆ ਦਵਾ ਕਹਿੰਦਾ, ਨਵਾਂ ਨਵਾਂ ਵਿਆਹ ਹੋਇਆ, ਹੋਈ ਤੇ ਲਾਵ ਮੈਰਿਜ ਆ, ਤੂੰ ਘੜੀ ਕੁ ਬਾਅਦ ਦੋ ਕੁ ਮਿੰਟਾਂ ਕਰੇ ਜਾ ਬੇਟਾ, ਹੁਣ ਤੂੰ ਪੁੱਤ ਮੇਰਾ ਬਣ ਕੇ ਨਾ ਜਾ, ਤੂੰ ਜਾ ਹੁਣ ਨਾ ਜਾ, ਉਹ ਫਲਾਣੀ ਚੀਜ਼ ਫੜ ਲਿਆ। ਉਹ ਮੇਰੇ ਲਾਗੇ ਬੈਠਾ ਸੀ, ਮੈਂ ਕਈ ਵਾਰ ਕਿੰਨਾ ਚਿਰ ਸੋਚਦਾ ਰਿਹਾ ਵੀ ਇਹਦੀ ਘਰ ਵੀ ਆ ਕੇ ਇਹਨੇ ਇਹਨੂੰ ਜੰਮਿਆ। ਬੋਲੋ ਹਾਲੇ ਲੋਇਆ। ਬਾਬੂ ਕਦੇ ਉਹਨੂੰ ਬਾਬੂ ਕਵੇ, ਕਦੇ ਉਹਨੂੰ ਸੋਹਣਾ ਕਵੇ। ਤੇ ਜਦੋਂ ਮਹੀਨੇ ਬਾਅਦ ਫਿਰ ਮੈਂ ਗਿਆ ਨਾ, ਇੰਨਾ ਸੁੱਕ ਰਿਹਾ ਮੇਰਾ ਸਿਰ ਨਹੀਂ ਫਟਿਆ, ਉਧਰੋਂ ਸਾਹਮਣੇ ਉਹ ਬੜੇ ਜ਼ੋਰ ਚ ਵੇਲਣਾ ਆਇਆ। ਹੁਣ ਤੇ ਉਹਨਾਂ ਦਾ ਤਲਾਕ ਹੋ ਗਿਆ ਬਾਬੂ ਦਾ। ਬੋਲੋ ਹਾਲੇ ਲੋਇਆ। ਤੁਸੀਂ ਨਾ ਇੱਦਾਂ ਕਰੋ, ਤੁਸੀਂ ਤੇ ਸਮਝ ਵਾਲੇ ਹੋ, ਹਨਾ। ਕਈ ਭੈਣਾਂ ਨੇ ਵੀ ਗਰਲਫ੍ਰੈਂਡ ਰੱਖੇ ਹੋਣਗੇ, ਪਰ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜੇ ਹੈਗੇ ਆ ਤੇ ਫਿਰ ਦੁਆ ਦੁਆ ਕਰੋ ਕਿ ਪ੍ਰਭੂ ਇਹ ਮੇਰੇ ਅੰਦਰੋਂ ਗੰਦਾ ਭੂਤ ਨਿਕਲ ਜਾਵੇ। ਮਾਂ ਪਿਓ ਦਾ ਪਿਆਰ ਜਿਹੜਾ ਵਾ ਨਾ, ਉਹ ਦਿਸਦਾ ਨਹੀਂ। ਬੋਲੋ ਹਾਲੇ ਲੋਇਆ। ਮਾਂ ਪਿਓ ਦਾ ਬੜਾ ਪਿਆਰ, ਗਹਿਰਾ ਪਿਆਰ ਹੁੰਦਾ ਉਹਨਾਂ ਦੇ, ਇੱਥੇ ਲਿਖਿਆ ਹੁੰਦਾ ਅੰਦਰ ਬਾਹਰ ਲਿਖਿਆ ਹੁੰਦਾ, ਜਿਹੜਾ ਦਿਸਦਾ ਨਹੀਂ ਆ। ਤੇ ਜਿਹੜਾ ਚੰਦ ਪਿਆਰ ਹੁੰਦਾ ਥੋੜੇ ਦਿਨ ਦਾ, ਸੋਹਣਾ ਬਾਬੂ ਉਹ ਕਹਿੰਦੇ ਮੈਂ ਤੇਰਾ ਨਾਮ ਦਿਲ ਤੇ ਲਿਖਿਆ, ਅੰਦਰ ਨਹੀਂ ਬਾਹਰ ਲਿਖਿਆ। ਬੋਲੋ ਹਾਲੇ ਲੋਇਆ। ਮਾਂ ਪਿਓ ਦਾ ਪਿਆਰ ਜਿਹੜਾ ਬਹੁਤ ਅਨੋਖਾ ਪਿਆਰ ਹੈ। ਇਹ ਜੱਗ ਤੇ ਠੰਡੀਆਂ ਸਾਵਾਂ ਇਹ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਮਾਵਾਂ ਫਿਰ ਲੱਭਦੀਆਂ ਨਹੀਂ ਆ। ਬੋਲ ਦੋ ਹਾਲੇ ਲੋਇਆ। ਇਹ ਜੱਗ ਤੇ ਸਾਵਾਂ ਨੇ, ਇਹ ਜਿਹੜੀਆਂ ਨੇ ਜੱਗ ਤੇ ਸਾਵਾਂ ਨੇ, ਇਹ ਸਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਆ। ਫਿਰ ਤੁਸੀਂ ਫੋਟੋ ਤੇ ਹੀ ਦੇਖੋਗੇ। ਇੱਕ ਵਾਰੀ ਉੱਚੀ ਆਵਾਜ਼ ਨਾਲ ਬੋਲੋ ਹਾਲੇਲੂਯਾ। ਹੁਣ ਕੀ ਲਿਖਿਆ ਇੱਥੇ ਵਚਨ ਦੇ ਵਿੱਚ ਪੜ੍ਹੀਏ ਜਲਦੀ ਜਲਦੀ। ਬਾਹਰ ਕੁੱਤੇ ਨੇ, ਇਹ ਕੰਮ ਕਿੰਨਾ ਦਾ ਆ, ਕਿੰਨਾ ਦਾ ਕੰਮ ਆ, ਤੁਸੀਂ ਸੋਚੋਗੇ। ਹੁਣ ਮੈਂ ਵੀ ਮਾਫ ਕਰ ਦੇਣਾ, ਯੂਟਿਊਬ ਤੇ ਵੀ ਸੁਣਦੇ ਹੋ ਤੇ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ। ਪਰਮੇਸ਼ਵਰ ਦੇ ਕਲਾਮ ਚ ਲਿਖਿਆ
ਬਾਰ ਕੀ ਹਨ? ਕੁੱਤੇ। ਜਾਦੂਗਰ। ਬਾਰ ਕੌਣ ਨੇ? ਕੁੱਤੇ। ਫਿਰ ਬੋਲੋ, ਬਾਰ ਕੌਣ ਨੇ? ਕੁੱਤੇ। ਇਹ ਕੰਮ ਵੀ ਕੁੱਤਿਆਂ ਦੇ? ਕੁੱਤੇ। ਮਾਫ ਕਰਨਾ, ਬਾਈਬਲ ਚ ਲਿਖਿਆ ਬਾਰ ਕੀ ਹਨ? ਕੁੱਤੇ। ਅੱਗੇ ਕੀ ਲਿਖਿਆ? ਜਾਦੂਗਰ, ਹਰਾਮਕਾਰ, ਖੂਨੀ, ਖੂਨ ਕਰਨ ਵਾਲੇ, ਮੂਰਤੀ ਪੂਜੇ, ਹਰ ਕੋਈ ਜਿਹੜਾ ਜਿਹੜਾ ਝੂਠ ਨੂੰ, ਝੂਠੇ ਪਿਆਰ ਨੂੰ, ਝੂਠੀਆਂ ਗੱਲਾਂ ਨੂੰ ਪਸੰਦ ਕਰਦਾ ਹੈ। ਇੱਕ ਵਾਰੀ ਬੋਲ ਦੋ, ਜਿਹੜਾ ਝੂਠ ਨੂੰ, ਉੱਚੀ ਆਵਾਜ਼ ਨਾਲ ਬੋਲੋ, ਜਿਹੜਾ ਝੂਠ ਨੂੰ ਤੇ ਝੂਠੀਆਂ ਗੱਲਾਂ ਨੂੰ ਪਸੰਦ ਕਰਦਾ ਤੇ ਝੂਠਾ ਝੂਠੇ ਪਿਆਰ ਨੂੰ ਪਸੰਦ ਕਰਦਾ, ਅਸਲੀ ਪਿਆਰ ਨੂੰ ਪਛਾਣਦੇ ਨਹੀਂ। ਜਿਹੜਾ ਪ੍ਰਭੂ ਨੇ ਪਿਆਰ ਕੀਤਾ ਤੁਹਾਡੇ ਨਾਲ, ਆਪਣੀ ਜਾਨ ਦੇ ਦਿੱਤੀ, ਆਪਣਾ ਖੂਨ ਵਹਾਇਆ ਉਹਨੇ, ਉਸ ਪਿਆਰ ਨੂੰ ਪਹਿਚਾਨਿਆ ਹੀ ਨਹੀਂ। ਬਾਹਰ ਹਨ ਕੁੱਤੇ, ਇਹ ਸਵਰਗ ਚ ਨਹੀਂ ਪਹੁੰਚ ਸਕਦੇ, ਇਹ ਸਵਰਗ ਚ ਨਹੀਂ ਜਾ ਸਕਦੇ, ਕਿਉਂਕਿ ਬਾਹਰ ਰਹਿਣਗੇ, ਕਿਉਂਕਿ ਪ੍ਰਭੂ ਇਹਨਾਂ ਨੂੰ ਪਸੰਦ ਕਰਦਾ ਨਹੀਂ ਆ, ਪ੍ਰਭੂ ਇਹਨਾਂ ਨੂੰ ਨਹੀਂ ਪਸੰਦ ਕਰਦਾ, ਇਹ ਸਵਰਗ ਚ ਨਹੀਂ ਜਾ ਸਕਦੇ, ਇਹ ਨਹੀਂ ਜੇ ਸਵਰਗ ਵਿੱਚ ਜਾ ਸਕਦੇ। ਕੌਣ ਕੌਣ? ਜਾਦੂਗਰ, ਹਰਾਮਕਾਰ, ਮੂਰਤੀ ਪੂਜਾ, ਮੂਰਤੀ ਪੂਜੇ, ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਝੂਠ ਨੂੰ ਕਮਾਉਂਦਾ, ਜਿਹਦੀ ਕਮਾਈ ਝੂਠ ਦੀ ਆ, ਉਹ ਵੀ ਪਰਮੇਸ਼ੁਰ ਦੇ ਘਰ ਚ ਵੜ ਸਕਦਾ ਨਹੀਂ ਆ, ਭਾਵ ਸਵਰਗ ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ ਬਾਹਰ ਇਹ ਹਨ ਕੁੱਤੇ, ਇਹ ਪਹੁੰਚਣਗੇ ਉੱਥੇ ਨਹੀਂ। ਇੱਕ ਵਚਨ ਹੋਰ ਕੱਢੀਏ, ਦੂਸਰਾ ਪਤਰਸ 2:22 ਐਤ ਨੂੰ ਮਿਹਰਬਾਨੀ ਕਰਕੇ ਪੜ੍ਹੀਏ। ਤੁਸੀਂ ਸੋਚੋਗੇ ਅਸੀਂ ਸਖਤ ਵਚਨ ਆ, ਕਦੇ ਕਦੇ ਖਾਣਾ ਚਾਹੀਦਾ ਹੈ, ਮੈਂ ਤੁਹਾਨੂੰ ਦੁੱਧ ਚ ਰੋਟੀ ਘੋਲ ਕੇ ਪਿਲਾਈ ਜਾਵਾਂ ਤੇ ਤੁਸੀਂ ਤਾਕਤ ਪਾਵੋਗੇ? ਤੁਹਾਨੂੰ ਤਾਕਤ ਨਹੀਂ ਮਿਲੇਗੀ, ਤੁਹਾਡੀ ਹੱਡੀ ਨਹੀਂ ਬਣੇਗੀ, ਤੇ ਹੱਡੀ ਬਣਾਉਣ ਵਾਸਤੇ ਹੱਡੀ ਖਾਣੀ ਪਵੇਗੀ, ਸਖਤ ਖਾਣਾ ਪਵੇਗਾ। ਹੁਣ ਬੋਲੋ, ਹੁਣ ਸੁਣੀਏ ਬੜੇ ਧਿਆਨ ਦੇ ਨਾਲ, ਸੱਚੀ ਕਹਾਵਤ, ਇੱਕ ਸੱਚੀ ਕਹਾਵਤ ਉਹਨਾਂ ਤੇ ਢੁਕਦੀ ਹਨ, ਉਹਨਾਂ ਦੇ ਉੱਤੇ ਠੀਕ ਬਹਿੰਦੀ ਹੈ। ਕੁੱਤਾ ਆਪਣੀ ਸੁਣੀਏ ਬੜੇ ਧਿਆਨ ਦੇ ਨਾਲ, ਮਿਹਰਬਾਨੀ ਕਰਕੇ ਹੱਥ ਜੋੜ ਕੇ ਬੇਨਤੀ ਆ ਮੇਰੀ, ਮੇਰੇ ਪਿਆਰੇ ਪਿਆਰੇ ਭੈਣ ਭਰਾਵੋ, ਕਿਤੇ ਗੁੱਸਾ ਨਾ ਕਰੇ। ਮੈਂ ਤਾਹੀਂ ਵਚਨ ਦੇ ਵਿੱਚੋਂ ਪੜ੍ਹ ਕੇ ਸੁਣਾ ਰਿਹਾ, ਤਾਹੀਂ ਤੁਹਾਨੂੰ ਬਾਈਬਲ ਦੇ ਵਿੱਚ ਇਹ ਦੂਸਰਾ ਪਤਰਸ 2:22 ਚ ਲਿਖਿਆ, ਤੇ ਬਾਹਰ ਹਨ ਕੁੱਤੇ, ਇਹ ਪ੍ਰਕਾਸ਼ ਦੀ ਪੋਥੀ 22:15 ਚ ਲਿਖਿਆ। ਇਸ ਕਰਕੇ ਕੋਈ ਟਿੱਪਾ ਟੱਪਣੀ ਨਾ ਕਰੇ, ਮਿਹਰਬਾਨੀ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ। ਬਾਈਬਲ ਦੇ ਵਿੱਚ ਲਿਖਿਆ ਦੂਸਰਾ ਪੱਤਰ
2:22 ਦੇ ਵਿੱਚ ਕਿੱਦਾਂ ਲਿਖਿਆ, ਫਿਰ ਇਹਨੂੰ ਪੜ੍ਹ ਦਿਓ। ਇਹ ਸੱਚੀ ਕਹਾਵਤ ਉਹਨਾਂ ਦੇ ਉੱਤੇ ਠੀਕ ਬਹਿੰਦੀ ਆ ਜਿਹੜੇ ਗਰਲਫ੍ਰੈਂਡ ਆਪਣੇ ਪਤੀ ਨੂੰ ਧੋਖਾ ਦੇਣ ਵਾਲੀਆਂ, ਆਪਣੇ ਮਾਂ ਬਾਪ ਨੂੰ ਧੋਖਾ ਦੇਣ ਵਾਲੇ, ਜਿਨ੍ਹਾਂ ਦੇ ਲਈ ਮਾਂ ਪਿਓ ਮਰਦਾ ਜਾਂਦਾ, ਉਹਨਾਂ ਨੂੰ 22-23 ਸਾਲ ਤੱਕ ਉਹਨਾਂ ਦੀ ਦੇਖਭਾਲ ਕਰਦਾ, ਉਹਨਾਂ ਨੂੰ ਹਰ ਚੀਜ਼ ਬਖਸ਼ਦਾ, 22 ਸਾਲ ਤੱਕ ਜਾਂ 18 ਸਾਲ ਤੱਕ, ਕਈ ਤੇ ਮਤਲਬ 18 ਤੇ 16 ਵੀ ਨਹੀਂ ਹੋਣ ਦਿੰਦੀਆਂ, ਹੋਣ ਦਿੰਦੇ ਪਹਿਲੇ ਹੀ। ਬੋਲੋ ਹਾਲੇਲੂਯਾ। ਇੱਥੇ ਕਲਾਮ ਦੇ ਵਿੱਚ ਲਿਖਿਆ ਇਹਨਾਂ ਦੀ ਠੀਕ ਕਿੰਨਾ ਤੇ ਕਹਾਵਤ ਪਹੁੰਚਦੀ ਆ, ਜੇ ਨਹੀਂ ਤੇ ਦੁਬਾਰਾ ਪੜ੍ਹ ਲੈਂਦੇ ਹਾਂ, ਫਿਰ ਪੜ੍ਹ ਦੋ ਜਲਦੀ ਜਲਦੀ। ਇਹ ਸੱਚੀ ਕਹਾਵਤ ਉਹਨਾਂ ਦੇ ਉੱਤੇ ਠੀਕ ਠੀਕ ਬਹਿੰਦੀ ਹੈ। ਕੁੱਤਾ ਆਪਣੇ ਵੱਲ ਮੁੜਿਆ, ਕੁੱਤਾ ਆਪਣੇ ਸੱਲ ਵੱਲ ਮੁੜਿਆ। ਬੋਲੋ ਹਾਲੇਲੂਯਾ। ਹੁਣ ਕੁੱਤੇ ਦੀ ਕੀ ਆਦਤ ਹੁੰਦੀ ਜੇ ਬੜੇ ਧਿਆਨ ਨਾਲ ਸੁਣੀਏ, ਕੁੱਤੇ ਦੀ ਕੀ ਆਦਤ ਹੁੰਦੀ ਆ, ਉਹ ਖਾ ਲੈਂਦਾ ਤੇ ਖਾ ਕੇ ਬਾਹਰ ਕੱਢਦਾ ਤੇ ਫਿਰ ਉਹਨੂੰ ਫਿਰ ਖਾ ਲੈਂਦਾ। ਤੇ ਜਿਹੜੇ ਮੰਨ ਕੇ ਪ੍ਰਭੂ ਨੂੰ ਛੱਡ ਦਿੰਦੇ ਨੇ, ਜਿਹੜੇ ਤੋਬਾ ਕਰਦੇ ਨੇ, ਰੋਜ਼ ਤੋਬਾ ਕਰਦੇ ਨੇ, ਉਹ ਕਿੱਦਾਂ ਦੇ ਨੇ? ਛੱਡਦੇ ਨਹੀਂ ਆ, ਸਿਰਫ ਮੰਨਦੇ ਨੇ, ਮੰਨਦੇ ਨੇ, ਆਪਣੇ ਅੰਦਰ ਉਹ ਗੱਲ ਨੂੰ ਲੈਂਦੇ ਨੇ। ਐਤਵਾਰ ਐਤਵਾਰ ਨੂੰ ਗੱਲ ਲੈ ਲੈਂਦੇ ਨੇ, ਐਤਵਾਰ ਖਾਂਦੇ ਨੇ ਤੇ ਸੋਮਵਾਰ ਫਿਰ ਗਲਾਸ ਦਿੰਦੇ ਨੇ, ਸੋਮਵਾਰ ਜਾ ਕੇ ਫਿਰ ਫੋਨ ਤੇ ਲੱਗੇ ਹੁੰਦੇ ਨੇ, ਫਿਰ ਉਹ ਪਾਪ ਦੇ ਵਿੱਚ ਹੁੰਦੇ ਨੇ। ਐਤਵਾਰ ਉਹ ਜੱਸੂ ਦੇ ਤੇ ਬਾਕੀ ਦਿਨ ਫਿਰ ਕੱਥੂ ਦੇ। ਬੋਲੋ ਹਾਲੇਲੂਯਾ, ਹੈਨਾ। ਐਤਵਾਰ ਜੱਸੂ ਦੇ ਤੇ ਬਾਕੀ ਦਿਨ ਸਾਰੇ ਹੀ ਕੱਥੂ ਦੇ। ਚਰਚ ਜਾ ਕੇ ਪ੍ਰਭੂ ਮਾਫ ਕਰ ਦੇ, ਮੈਂ ਆਹ ਪਾਪ ਕੀਤਾ, ਪ੍ਰਭੂ ਮਾਫ ਕਰ ਦੇ, ਅੱਜ ਤੋਂ ਬਾਅਦ ਚ ਮੈਂ ਉਸ ਲੜਕੀ ਵੱਲ ਨਹੀਂ ਵੇਖਾਂਗਾ, ਪ੍ਰਭੂ ਮਾਫ ਕਰ ਦੇ, ਅੱਜ ਤੋਂ ਬਾਅਦ ਚ ਮੈਂ ਫੋਨ ਤੇ ਕੋਈ ਇਹੋ ਜਿਹੇ ਮੈਸੇਜ ਨਹੀਂ ਛੱਡਾਂਗਾ, ਇਹੋ ਜਿਹੀ ਕੋਈ ਰੀਲ ਨਹੀਂ ਬਣਾਉਂਗਾ, ਇਹੋ ਜਿਹੇ ਕੋਈ ਕੰਮ ਨਹੀਂ ਮੈਂ ਕਰੂੰਗੀ, ਪ੍ਰਭੂ ਮੈਨੂੰ ਇੱਕ ਵਾਰੀ ਮਾਫ ਕਰ ਦੇ, ਅੱਜ ਮੈਨੂੰ ਮਾਫ ਕਰ ਦੇ, ਆ ਮੈਂ ਤੇਰੀ ਬਾਣੀ ਨੂੰ ਸੁਣਿਆ, ਮੈਨੂੰ ਠੋਕਰ ਲੱਗੀ ਤੇ ਪ੍ਰਭੂ ਜੀ ਮੈਂ ਨਹੀਂ ਕਰੂੰਗੀ ਅੱਗੇ ਤੋਂ। ਚਰਚ ਚੋਂ ਬਾਹਰ ਨਿਕਲਦੇ ਹਾਂ ਸਾਰੇ, ਹਾਂਜੀ ਕਿੱਥੇ ਵੀ ਜੇ ਜੇ ਬੋਲੋ ਹਾਲੇਲੂਯਾ। ਇੱਥੇ ਕੀ ਲਿਖਿਆ ਕਲਾਮ ਦੇ ਵਿੱਚ, ਸੁਣ ਸੁਣ ਬੜੇ ਧਿਆਨ ਦੇ ਨਾਲ, ਫਿਰ ਦੁਬਾਰਾ ਪਹਿਲੀ ਲਾਈਨ ਨੂੰ ਪੜੋ। ਇਹ ਸੱਚੀ ਕਹਾਵਤ ਉਹਨਾਂ ਤੇ ਢੁਕਦੀ ਹੈ, ਛੇਤੀ ਪੜਿਆ ਵੀ ਕਰੋ ਨਾ, ਕਿ ਕੁੱਤਾ ਆਪਣੇ ਸੱਲ ਵੱਲ ਮੁੜਿਆ, ਨਹਿਲਾਈ ਹੋਈ ਸੂਰਨੀ, ਜਿਹੜੀ ਸੂਰਨੀ ਇੱਕ ਸੂਰ ਹੁੰਦਾ ਤੇ ਉਹਦੀ ਘਰਵਾਲੀ ਕਿਨੂੰ, ਘਰਵਾਲੀ ਦਾ ਨਾਂ ਕੀ ਆ? ਸੂਰਨੀ। ਸੂਰ ਨੂੰ ਤੇ ਸੂਰਨੀ ਨੂੰ ਜਿੰਨਾ ਮਰਜ਼ੀ ਨਹਾਓ ਨਹਾ ਲੋ, ਉਹ ਫੇਰ ਚਿੱਕੜ ਦੇ ਵਿੱਚ ਹੀ ਚਲੀ ਜਾਂਦੀ ਆ। ਕਈ ਵਿਸ਼ਵਾਸੀ ਜਿੰਨੇ ਮਰਜ਼ੀ ਉਹਨਾਂ ਨੂੰ ਵਚਨ ਸੁਣਾ ਲੋ, ਜਿੰਨਾ ਮਰਜ਼ੀ ਉਹਨਾਂ ਦੇ ਗਾੜੀ
ਉੱਚੀ ਉੱਚੀ ਆਵਾਜ਼ ਨਾਲ ਬੋਲ ਦੋ, ਜਿੰਨਾ ਮਰਜ਼ੀ ਉਹਨੂੰ ਕਹੀ ਜਾਓ, ਜਿੰਨਾ ਮਰਜ਼ੀ ਉਹਨੂੰ ਵਚਨ ਨਾਲ ਸਮਝਾਈ ਜਾਓ, ਉਹ ਫੇਰ ਇੱਥੋਂ ਨਹਾ ਕੇ ਇੱਥੋਂ ਪਵਿੱਤਰ ਹੋ ਕੇ ਇੱਥੇ ਹਾਲੇਲੂਇਆ ਬੋਲ ਬਾਲ ਕੇ ਇੱਥੇ ਪ੍ਰਭੂ ਤੇਰਾ ਧੰਨਵਾਦ, ਪ੍ਰਭੂ ਤੇਰਾ ਧੰਨਵਾਦ, ਹਾਲੇਲੂਇਆ ਹਾਲੇਲੂਇਆ ਘਰ ਜਾ ਕੇ ਫੇਰ ਦੂਜਾ ਕੂਇਆ ਬੋਲੋ ਹਾਲੇਲੂਇਆ। ਕੀ ਲਿਖਿਆ ਕਲਾਮ ਦੇ ਵਿੱਚ? ਉਹ ਨਹਿਲਾਈ ਹੋਈ ਸੂਰਨੀ ਫੇਰ ਚਿੱਕੜ ਦੇ ਵਿੱਚ, ਹਨਾ, ਉਹ ਫੇਰ ਚਿੱਕੜ ਦੇ ਵਿੱਚ ਹੀ ਚਲੀ ਗਈ। ਪਾਸਟਰ ਨੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਨਵਾਇਆ, ਸਾਫ ਕੀਤਾ, ਆਪ ਵੀ ਉਹਨੇ ਤੋਬਾ ਕੀਤੀ, ਆਪ ਵੀ ਉਹਨੇ ਬਪਤਿਸਮਾ ਲੈ ਲਿਆ, ਆਪ ਵੀ ਸਾਰਾ ਕੁਝ ਕਰ ਲਿਆ, ਪਰ ਫੇਰ ਉਸੇ ਹੀ ਪਾਪ ਦੇ ਵਿੱਚ ਚਲੀ ਗਈ। ਉਹ ਫੇਰ ਪਾਪ ਦੇ ਵਿੱਚ, ਉੱਥੇ ਹੀ ਪਾਪ ਦੇ ਵਿੱਚ ਚਲੇ ਜਾਂਦੇ ਨੇ। ਮੈਂ ਤੁਹਾਨੂੰ ਸਮਝਾਉਣ ਕਰਕੇ ਕਹਿ ਰਿਹਾ, ਤੁਸੀਂ ਨਹੀਂ ਹੋ, ਕਿਤੇ ਆਪਣੇ ਤੇ ਨਾ ਲਾਇਓ, ਤੁਸੀਂ ਤੇ ਵਿਸ਼ਵਾਸੀ ਹੋ, ਤੁਸੀਂ ਤੇ ਬੰਦਗੀ ਕਰਨ ਵਾਲੇ ਹੋ, ਤੁਸੀਂ ਤੇ ਪ੍ਰਭੂ ਦਾ ਕਹਿਣਾ ਮੰਨਦੇ ਹੋ, ਸ਼ਬਦ ਦੇ ਦਿਨ ਨੂੰ ਚੇਤੇ ਰੱਖਦੇ ਹੋ, ਹਰ ਐਤਵਾਰ ਦੇ ਭਾਵੇਂ ਭੂਆ ਦਾ ਵਿਆਹ ਕਿਉਂ ਨਾ ਆ ਜਾਏ, ਤੁਸੀਂ ਤੇ ਛੱਡਦੇ ਨਹੀਂ, ਤੁਸੀਂ ਤੇ ਇੰਨੇ ਚੰਗੇ ਹੋ ਨਾ, ਮੈਂ ਤੁਹਾਡੀਆਂ ਸਿਫਤਾਂ ਕਰਾਂ ਤੇ ਮੁੱਕਦੀਆਂ ਹੀ ਨਹੀਂ, ਪਰ ਮੈਂ ਤੁਹਾਡੀ ਥੋੜੀ ਗੱਲ ਕਰਦਾ, ਮੈਂ ਤੇ ਉਹਨਾਂ ਦੀ ਗੱਲ ਕਰਦਾ। ਬੋਲੋ ਹਾਲੇਲੂਇਆ। ਕਿਉਂਕਿ ਕਲਾਮ ਦੇ ਵਿੱਚ ਲਿਖਿਆ ਨਵਾਈ ਧਵਾਈ ਸੂਰਨੀ ਫੇਰ ਚਿੱਕੜ ਦੇ ਵਿੱਚ ਜਾ ਕੇ ਲੇਟੇ ਮਾਰਦੀ ਆ, ਫੇਰ ਉਹ ਡਿਸਕੋ ਡਾਂਸ ਕਰਦੀ, ਫੇਰ ਉਹ ਡੀਜੇ ਤੇ ਲੱਗੀ ਰਹਿੰਦੀ ਹੁੰਦੀ ਆ, ਫੇਰ ਉਹ ਵਿਆਹ ਦੇ ਵਿੱਚ ਚੁੰਨੀ ਲੈ ਕੇ ਫੇਰ ਲੱਗੀ ਹੁੰਦੀ ਆ, ਫੇਰ ਆ ਪਾਸਟਰ ਜੀ ਦੋ ਅਲਕਾ ਸ਼ਰਾਬਾਨੀ ਕਰੋ ਜੀ, ਪਾਸਟਰ ਜੀ ਕਦੋਂ ਕਿ ਜੇ ਆ ਪ੍ਰਭੂ ਭਰੋਜ ਹੈ। ਬੋਲੋ ਹਾਲੇਲੂਇਆ। ਐਤਵਾਰ ਯਿਸੂ ਦੇ ਤੇ ਬੁੱਧਵਾਰ ਫੇਰ ਭੂੰ ਭੂੰ, ਐਤਵਾਰ ਫੇਰ ਡੀਜੇ ਤੇ, ਫੇਰ ਤੂੰ ਨੀ ਬੋਲਦੀ, ਤੂੰ ਨੀ ਬੋਲਦੀ। ਬੋਲੋ ਹਾਲੇਲੂਇਆ। ਪ੍ਰਭੂ ਨੇ ਉਹਨਾਂ ਨੂੰ ਕਿਹੋ ਜਿਹਾ ਕਿਹਾ ਵਚਨ ਦੇ ਵਿੱਚ? ਕਿਹਾ ਕਿੱਦਾਂ ਦਾ ਕਿਹਾ ਉਹਨਾਂ ਨੂੰ? ਉਹ ਕਿੱਦਾਂ ਦੇ ਨੇ? ਉਸ ਸੂਰਨੀ ਜਾਣੀ ਕਿ ਭਾਵ ਉਸ ਸੂਰ ਵਰਗੇ ਨੇ ਜਿਨ੍ਹਾਂ ਨੂੰ ਨਵਾਇਆ ਧਵਾਇਆ, ਉਹ ਫੇਰ ਚਿੱਕੜ ਵਿੱਚ ਚਲੇ ਗਏ। ਅੱਗੇ ਹੈਗਾ ਕੁਝ ਨਹੀਂ ਨਾ ਹੈਗਾ, ਹੁਣ ਅੱਗੇ ਕੁਝ ਹੈਗਾ ਵੀ ਨਹੀਂ ਹੈ। ਹੁਣ ਆਓ ਆਪਣੇ ਹੱਥ ਉਠਾਈਏ ਤੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ, ਤੇ ਅੱਜ ਪੱਕਾ ਇਕਰਾਰ ਕਰੀਏ ਕਿ ਪ੍ਰਭੂ ਮੈਂ ਇਹਨਾਂ ਵਰਗੀ ਬਣਨਾ ਚਾਹੁੰਦੀ, ਮੈਂ ਇਹਨਾਂ ਵਰਗਾ ਬਣਾ ਵੀ ਨਾ। ਆਓ ਦਵਾ ਕਰੀਏ ਇੱਕ ਵਾਰੀ।